ਅੱਛਾ ਕੋਈ ਨਹੀਂ ਸਿਰਫ ਅੱਜ ਰੇਟ ਨਹੀਂ ਲਾਉਣਾ ਅੱਛਾ ਇਮਾਨਦਾਰੀ ਦੀ ਕਿਹਾ ਹੀ ਨਹੀਂ ਮਾਰਕੀਟ ਚ ਕਿਤਨੇ ਦੀ ਸਿਰਫ 1,75,000 ਦੀ 1,75,000 ਦੀ 1,75,000 ਉਹ ਜੀ ਮਾਸ਼ਾਅੱਲਾ 3 ਮਹੀਨੇ ਦੀ ਡਾਕਟਰ ਤੋਂ ਪਾਸ 2 ਲੀਟਰ ਦੁੱਧ ਕੀਮਤ ਹੈ ਜੀ ਸਿਰਫ 1,75,000 ਉਹ ਮੈਂ ਆਦੇ ਇੱਕ ਸਾਬੀ ਵੀ ਤੁਸੀਂ ਵੇਖੋ ਤੇ ਇਤਨੀ ਬਾਣਵਾਣੀ ਜਿਹੜੀ ਵੱਡੀ ਹੈ ਲੇਕਿਨ ਫਿਰ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਅਸਲਾਮ ਅਲੈਕੁਮ ਪਿਆਰੇ ਦੋਸਤੋ ਮੇਰਾ ਨਾਮ ਹੈ ਸ਼ਾਮ ਆਵਾਜ਼ ਸਰਾਬ ਦੇਖ ਰਹੇ ਜੀ ਸ਼ਾਮੀ ਗੰਦਰ YouTube ਚੈਨਲ ਦੋਸਤੋ ਇਸ ਚੈਨਲ ਪਰ ਆਪਕਾ ਵੈਲਕਮ ਕਰਦੇ ਹਾਂ ਜਨਾਬ ਅੱਜ ਕੀ ਵੀਡੀਓ ਮੇ ਵੀਡੀਓ ਕੀ ਡੇਟ ਹੈ ਜੀ ਦੋਸਤੋ 23 ਮਈ 2024 ਦਿਨ ਹੈ ਜੀ ਜਮੇਰਾਤ ਕਾ ਰੈਗੂਲਰ ਬੇਸਿਸ ਪਰ ਵੀਡੀਓ ਹੈ ਜੀ ਅਵਾਨ ਡੇਰੀ ਫਾਰਮ ਸੇ ਉਹ ਵੀਡੀਓ ਜਿਸਕੋ ਆਪ ਦੋਸਤੋ ਭਾਈਓ ਕਾ ਬੜੇ ਦੇਰ ਸੇ ਇੰਤਜ਼ਾਰ ਹੈ ਤਕਰੀਬਨ 1.5-2 ਵੀਕ ਵੀਡੀਓ ਬੀਚ ਮੇ ਮਿਸ ਹੋਈ ਹੈ ਉਹ ਇੱਕ ਜੋ ਹੈ ਨਾ ਵਜ੍ਹਾ ਇਹ ਤੇ ਗਰਮੀ ਆ ਚੁੱਕੀ ਹੈ ਚਾਚੂ ਕੀ ਸਿਹਤ ਥੋੜ੍ਹੀ ਸੀ ਖਰਾਬ ਥੀ ਔਰ ਆਪਕੀ ਆਂਖੋਂ ਸਾਹਮਣੇ ਗਾਇਬ ਹੋ ਗਏ ਆਪਕੇ ਸਾਥ ਦੇ ਵਫਾਈ ਕੀ ਹੈ ਡੇਢ ਦੋ ਹਫ਼ਤੇ ਗਾਇਬ ਰਿਹਾ ਲੇਕਿਨ ਇਨਸ਼ਾਅੱਲਾ ਕਣਕ ਗੰਦਮ ਦਾ ਸੀਜ਼ਨ ਹੈ ਤੁਹਾਨੂੰ ਪਤਾ ਹੈ ਸਾਰੇ ਦਿਹਾਤੀ ਬੰਦੇ ਨੇ ਜ਼ਿੰਮੇਦਾਰ ਨੇ ਆਪਣੀ ਕਣਕ ਜਿਹੜੀ ਉਸ ਸਾਲ ਤੇ ਬਣਾਉਣੀ ਹੁੰਦੀ ਹੈ ਬਾਕੀ ਤਿੰਨੀ ਹਮੇਸ਼ਾ ਤੋਂ ਇੱਕ ਇਹਨਾਂ ਦਾ ਰਿਕਾਰਡ ਰਿਹਾ ਕਿ ਅੱਛੇ ਜਾਨਵਰ ਲਿਆਉਣੇ ਤੇ ਸਸਤੇ ਲਿਆਉਣੇ ਅੱਜ ਜੀ ਮਾਸ਼ਾਅੱਲਾ ਇੰਤਹਾਈ ਸਸਤੇ ਪੈਕੇਜ ਸਿਰਫ ਔਰ ਸਿਰਫ 3 ਜਾਨਵਰ ਲੱਗ ਰਹੇ ਨੇ ਜ਼ਿਲ੍ਹਾ ਤਹਿਸੀਲ ਬਲਵਾਲ ਜ਼ਿਲ੍ਹਾ ਸਰਗੋਧਾ ਹੈ ਅਤੇ ਹਵੇਲੀ ਬਿਰੇ ਲਾਲ ਹੈ ਲੋਕੇਸ਼ਨ ਜਿੱਥੇ ਖੜੋਤੇ ਹਾਂ ਸਾਲਮ ਤੋਂ 5 ਕਿਲੋਮੀਟਰ ਹੈ ਅਗਰ ਮੋਟਰ ਵੇਅ ਤੋਂ ਸਾਡੀ ਸਾਈਡ 'ਤੇ ਆਉਂਦੇ ਹੋ ਅਗਰ ਗੁਜਰਾਤ ਮੰਡੀ ਵੱਲ ਦੇ ਸਾਈਡ 'ਤੇ ਔਰ ਫਿਰ ਤੇ ਉੱਕੋ ਸੋਕਾ ਅਤੇ ਅੱਗੇ ਆਉਂਦੇ ਹੋ ਸਰਗੋਧਾ ਸਾਈਡ 'ਤੇ ਫਿਰ ਹੀ ਬਲਵਾਲ ਆ ਕੇ ਰਾਬਤਾ ਕਰੋ ਹਵੇਲੀ ਬਿਰੇ ਲਾਲ ਬਿਲਕੁਲ ਰੇਲਵੇ ਨਾਲ ਰੋਡ ਆ ਰਿਹਾ ਬਾਕੀ ਡਿਟੇਲ ਇਹਨੇ ਅਸਲਾਮ ਅਲੈਕੁਮ ਸਿਹਤ ਵੀ ਠੀਕ ਹੈ ਆਪਣੀ ਔਰ ਹੁਣ ਫਿਟ ਫਾਟ ਹੈ ਸਾਰੇ ਮਾਸ਼ਾਅੱਲਾ ਅੱਜ ਸਿਰਫ 3 ਜਾਨਵਰ ਜਿਹੜੀ ਫਿਰ ਉਹਨਾਂ ਨੇ ਸਸਤੇ ਦੇਣਾ ਕੁਰਬਾਨੀ ਬਰਾ ਸੌਖੀ ਕਰ ਲੈਣਾ ਮਾਸ਼ਾਅੱਲਾ ਜੀ ਐਂਡ ਤੱਕ ਵੇਖੋ ਮਜ਼ਾ ਸੀ ਕਿ ਅੱਜ ਵਾਪਸ ਆਏ ਤੇ ਕਸਰਾਂ ਪੂਰੀਆਂ ਕੀਤੀਆਂ ਤੁਹਾਡੇ ਵਾਸਤੇ ਪੈਕਿੰਗ ਟੂ ਪੈਕੇ ਲੈ ਕੇ ਆਏ ਚੱਲਦੇ ਆ ਪਹਿਲੇ ਨੰਬਰ ਜਾਨਵਰ ਦੀ ਤਰਫ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਲੋ ਜੀ ਦੋਸਤੋ ਪਹਿਲੇ ਨੰਬਰ ਦਾ ਜਾਨਵਰ ਤੇ ਅੱਜ ਵੈਲਕਮ ਬੈਕ ਹੋਇਆ ਇੱਕ ਵਾਰੀ ਦੁਬਾਰਾ ਤੁਹਾਡੇ ਸਾਹਮਣੇ ਅਵਾਨ ਡੇਰੀ ਫਾਰਮ ਦੀ ਵੀਡੀਓ ਬੜੇ ਤੁਹਾਨੂੰ ਦੱਸਿਆ ਸੈਂਟਰ 'ਚ ਤੁਸੀਂ ਬਾਰਾਵਾਂ ਕਾਲ ਕੀਤੀਆਂ ਨੇ ਕਿਦਾ ਗਏ ਚਾਚੂ ਤੇ ਅੱਜ ਮਾਸ਼ਾਅੱਲਾ ਲੈਣ ਜਾਨਵਰ ਸਿਰਫ ਮੁਕਤਸਰ 4-5 ਵਿੱਚ 2 ਕੁਰਬਾਨੀ ਜਾਨਵਰ ਤੇ ਹੈ ਮਾਸ਼ਾਅੱਲਾ ਗਾਵਾਂ 3 ਲੇਕਿਨ ਉਸ ਸੁਥਰੀਆਂ 63 ਸੁਥਰੇ ਜਿਵੇਂ ਅੱਗੇ ਹੁੰਦੇ ਨੇ ਮਾਸ਼ਾਅੱਲਾ ਚੈੱਕ ਕਰ ਲੈਣੀ ਹੈ ਬਲੈਕ ਜਰਸੀ ਫਰੀਜ਼ਨ ਮਾਸ਼ਾਅੱਲਾ ਗਾਂ ਚੰਗੇ ਕੱਦ ਇਹਦਾ ਲੰਮੀ ਸੋਰੀ ਖਿਲਾਰੀ ਇੱਕ ਵਾਰੀ ਸਿੱਧਾ ਕਰਕੇ ਖਿਲਾਰੋ ਤੇ ਸਾਊ ਸੀਲ ਪਹਿਲਾਂ ਵੇਖ ਲੈਣੀ ਹੈ ਤੇ ਥਣ ਵੇਖਣਾ ਮਾਸ਼ਾਅੱਲਾ ਜੀ ਜ਼ਿੰਦਾਬਾਦ ਮਾਸ਼ਾਅੱਲਾ ਮਾਝ ਵਾਲੇ ਜਾਨਵਰ ਥਣ ਨੂੰ ਲੱਗੇ ਨੇ ਵੇਖੋ ਤੁਹਾਡੇ ਸਾਹਮਣੇ ਜਾਨ ਬਾਡੀ ਲੰਬਾਈ ਉਸ ਕੋਲ ਤੇ ਥੱਲੇ ਵੱਛਾ ਵਾਲਾ ਮਾਸ਼ਾਅੱਲਾ ਇਹ ਵੱਛਾ ਵੇਖ ਲੈਣਾ ਤੁਹਾਡੇ ਸਾਹਮਣੇ ਹੈ ਤੇ ਬਾਕੀ ਇਸ ਪਾਸੇ ਆ ਕੇ ਜਾਨਵਰ ਤੁਹਾਨੂੰ ਵਿਖਾਈਏ ਜਾਨਵਰ ਕੋਲ ਵੇਖ ਲੈਣੀ ਹੈ ਜਾਨ ਬਾਡੀ ਉਸ ਦਾ ਫੇਸ ਕੁਆਲਿਟੀ ਮਾਸ਼ਾਅੱਲਾ ਚੈੱਕ ਕਰੋ ਅੱਛਾ ਹਾਂਜੀ ਕੋਈ ਕਿਸ਼ਨ ਥੋੜ੍ਹੀ ਬਹੁਤ ਲੋਹਾ ਬਣਾਈ ਹੋਈ ਹੈ ਲੇਕਿਨ ਇਹ ਕੋਈ ਨਹੀਂ ਕਿ ਮਤਲਬ ਥਣ ਛਣ ਨਾ ਕੱਟ ਉਹਨਾਂ ਦੀ ਤੇ ਗਰੰਟੀ ਨਾ ਇਹ ਸਾਡੀ ਗਰੰਟੀ ਹੋ ਸੀ ਲੋਹ ਬਣੀ ਹੋਈ ਥਣ ਐਂ ਬਰਾਬਰ ਹੋ ਸੀ ਉਹ ਵੀਡੀਓ ਮੇਰੇ ਕੋਲ ਮੰਗਾ ਬੰਦਾ ਮੈਂ ਗੱਬਣ ਦੀ ਵੀਡੀਓ ਵੀ ਗੱਲ ਗੱਬਣ ਦੀ ਵੀਡੀਓ ਗੱਲ ਸਾ ਮਾਸ਼ਾਅੱਲਾ ਸੋਹਣੀ ਗੱਲ ਹੋ ਗਈ ਤੁਹਾਡੇ ਸਾਹਮਣੇ ਵੇਖ ਲੈਣੀ ਹੈ ਜਨਾਬ ਜਾਨ ਬਾਡੀ ਚੰਗੀ ਗਾਇ ਕੋਲ 7-7 ਕਿਲੋ ਦੁੱਧ ਮਾਸ਼ਾਅੱਲਾ 14 ਲੀਟਰ ਦੁੱਧ ਕੋਈ ਮੇਰਾ ਭਰਾ ਕਬੀ ਰੱਖ ਚੋ ਲਵੇ ਜਿਹੜਾ ਚੋ ਲੈਣਾ 14 ਲੀਟਰ ਉਹ ਦੁੱਧ ਹੈ ਮਾਸ਼ਾਅੱਲਾ 14 ਕਿਲੋ ਜਿਹੜੀ ਗਾਂ ਦੇਣੀ ਉਹ ਸਮਝੋ ਸਰਦੀ ਵਿੱਚ 20+ ਵਾਲੀ ਹੈ ਬਿਲਕੁਲ ਜੀ ਮਾਸ਼ਾਅੱਲਾ ਵੇਖ ਸਕਦੇ ਹੋ ਜਿਹੜਾ ਥਣ ਲੱਗਾ ਨਾ ਪਤਾ ਲੱਗ ਰਿਹਾ ਪੂਰੀ ਕ੍ਰਾਸ ਗਾਂ ਹੈ ਸ਼ਹਿਨਸ਼ਾਹ ਗਾਂ ਬਾਕੀ ਵੇਖੋ ਗਰਮੀ ਨਹੀਂ ਕਰਨੀ ਹਾਂਜੀ ਫਿਰ ਚੁਆ ਇਦਾਂ ਬੜਾ ਸੋਹਣਾ ਹੋਣਾ ਮੋਟਾ ਮੋਟਾ ਥਣ ਜਿਵੇਂ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹਦੇ ਟੋਰੋ ਇੱਕ ਵਾਰੀ ਸੂਆ ਕਿਤਵਾ ਜਨਾਬ ਸੂਆ ਦੂਜਾ ਮੂੰਹ ਚ 6 ਦੰਦ ਅੱਛਾ ਮੂੰਹ 6 ਦੰਦ ਹੈ ਜੀ ਮਾਸ਼ਾਅੱਲਾ ਫਿਰ ਤੇ ਜਵਾਨ ਗਾਂ ਹੈ ਜਵਾਨ ਗਾਂ ਇੱਕ ਦੋਸਤ ਵੇ ਘਰ ਵੀ ਰੱਖ ਲਵੋ ਨਾ ਤਿਆਰ ਕਿਨੇ ਪਰਵਾਹ ਕੋਈ ਨਹੀਂ ਥੱਲੇ ਬੱਚਾ 14 ਲੀਟਰ ਬੱਚੇ ਨੂੰ ਪਿਲਾ ਕੇ ਹੈ ਗਰੰਟੀ ਨਾਲ 14 ਚਲੋ ਜੀ ਮਾਸ਼ਾਅੱਲਾ ਫਿਰ ਤੇ ਚੰਗੀ ਹੈ ਗਾਂ ਵੇਖ ਲਵੋ ਯੈਸ ਨੋ ਵਾਲਾ ਚਾਚੂ ਆਏ ਰੇਟ ਲਾਏ ਹੋਣੇ ਪੱਕੇ ਜਿੱਥੇ ਆਏ ਨਾ 3.5 ਲੱਖ ਰੁਪਏ ਦੀ ਬੱਚੀ ਹੈ ਹਾਂਜੀ ਲੇਕਿਨ 3.25 ਵੀ ਨਹੀਂ ਦੋਣਾ ਅੱਛਾ ਅੱਜ 3 ਵੀ ਨਹੀਂ ਦੋਣਾ 3 ਵੀ ਨਹੀਂ ਲਾਉਣਾ 2,95,000 ਦੀ 2,95,000 ਜੀ ਨਹੀਂ ਰੀਸਾ ਮਾਸ਼ਾਅੱਲਾ 14 ਲੀਟਰ ਦੁੱਧ ਥੱਲੇ ਬੱਚਾ ਬਿਲਕੁਲ ਤਾਜ਼ਾ ਸੂਈ ਜਿਹੜੀ ਅੱਜ 14 ਕਿਲੋ ਦੁੱਧ ਦਿੰਦੀ ਹੈ ਨਾ ਹਾਂਜੀ 20+ ਵਾਲੀ ਹੈ 20+ ਵਾਲੀ ਹੈ ਤੇ ਬਾਕੀ ਹੈ ਵੀ ਬਗੈਰ ਡੱਕੇ ਤੋਂ ਜੀ ਇਹ ਉਹਦਾ ਨਿਜ਼ਾਮ ਹੈ
ਹਾਂ ਜੀ ਤੇ ਬਾਕੀ ਤੁਹਾਡੇ ਸਾਹਮਣੇ 14 ਲੀਟਰ ਆ ਉਹ ਮੌਕੇ ਤੇ ਚੁਆਈਆਂ ਕਰੋ ਇੱਥੇ ਰਹੋ ਥੱਲੇ ਬੱਚਿਆ ਜਨਾਬ 2,95,000 ਚੱਲਦੇ ਆ ਨੰਬਰ 2 ਜਨਵਰ ਤੇਰਾ ਜੀ ਦੋਸਤੋ ਵੀਡੀਓ ਦਾ ਨੰਬਰ ਆ ਗਿਆ ਜੀ 2 ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਇੱਕ ਹੋਰ ਮਾਸ਼ਾਅੱਲਾ ਬੜੀ ਸੋਹਣੀ ਗਾਂ ਟਾਪ ਕਲਾਸ ਵੀ ਖਾਂਗੜ ਮੰਗਦੇ ਨੇ ਜਿਹੜੇ ਹੋਵੇ ਵੀ ਖਾਂਗੜ ਤੇ ਸੁਥਰੀ ਸਾਫ ਹੋਵੇ ਤਰੇ ਚਾਰ ਮਹੀਨੇ ਦੀ ਕਰ ਲਓ ਅੰਦਾਜ਼ਾ ਸੂਈਏ ਨਾਲ ਬੱਚਾ ਕੋਈ ਨਹੀਂ ਪਹਿਲੀ ਵਾਰੀ ਦਾ ਡੈਡ ਹੋ ਗਿਆ ਲੇਕਿਨ ਗਾਏ ਕੋਲ ਜਾਨ ਬਾਡੀ ਮਾਸ਼ਾਅੱਲਾ ਫੇਸ ਕੁਆਲਿਟੀ ਸੋਹਣੀ ਆ ਚੈੱਕ ਕਰ ਲਵੋ ਬਾਕੀ ਜਿਹੜੇ ਨਹੀਂ ਤੁਹਾਨੂੰ ਜਾਨ ਬਾਡੀ ਦੂਰੋਂ ਵਿਖਾ ਰਿਹਾ ਕਦ ਵੀ ਵੇਖ ਲੈਣਾ ਤੇ ਇਹਦੇ ਫੇਰ ਕੇ ਲਿਆ ਉੱਤੋਂ ਦੀ ਸੋਹਣੇ ਹੋ ਬਾਕੀ ਤੁਹਾਨੂੰ ਥਾਣ ਗੁੱਲਾ ਵੀ ਖਾਈਏ ਮਾਸ਼ਾਅੱਲਾ ਇੱਕ ਵਾਰੀ ਵੇਖੋ ਇੱਦਾਂ ਵੀ ਥਾਣ ਗੁੱਲਾ ਇਹ ਹੁੰਦੀ ਹੈ ਜੇ ਕਰਾਸ ਗਾਵਾਂ ਮਾਸ਼ਾਅੱਲਾ ਥਣ ਵੇਖੋ ਤੁਹਾਡੇ ਸਾਹਮਣੇ ਰੰਗ ਜਿਹੜਾ ਡੱਬਾ ਬੜਾ ਸੂਆ ਕਿਤਵਾ ਹੈ ਜਨਾਬ ਇਸਦਾ ਦੂਜਾ ਸੂਆ ਸੀ ਹੈ ਮਾਸ਼ਾਅੱਲਾ ਛਿੱਗੀ ਮੂੰਹ ਚੋ ਹੈ ਸਿਰਫ ਸਾਂਭ ਅੱਜ ਕੱਲ੍ਹ ਤੁਹਾਨੂੰ ਪਤਾ ਹੁਣ ਕਮੀ ਹੈ ਗਰਮੀ ਆ ਗਏ ਹੁਣ ਪੱਠੇ ਹੌਲੀ ਹੌਲੀ ਚੜਨੀ ਹੋ ਰਲ ਗਏ ਨੇ ਅੱਛਾ ਹਾਂਜੀ ਚੌਦਾਂ ਪੰਦਰਾਂ ਦੇ ਬਰਾਬਰ ਹੈ ਜਿਤਨੀ ਗਰਮੀ ਹੈ 8 ਕਿਲੋ ਪੱਕਾ ਕਰ ਲਈਏ 8 ਕਿਲੋ ਚਲੋ ਪੱਕਾ ਹੋ ਗਿਆ ਨਾ ਉਹਦੇ ਬਜਾਏ ਸੋਹਣੀ ਗੱਲ ਬਿਲਕੁਲ ਜੀ ਤੇ ਸੂਆ ਦੂਸਰਾ 8 ਕਿਲੋ ਦੁੱਧ ਦੀ ਗਰੰਟੀ ਪੱਕਾ ਯੈਸ ਨੋ ਕਿਤਨੇ ਦੀ ਬਰਾਵਨ ਦੇ ਸਕੀ ਗੈਰ ਵੰਡੇ ਤੋਂ 8 ਕਿਲੋ ਦੁੱਧ ਹੈ ਨੇ ਅੱਛਾ ਜੀ ਹਾਂ ਨੋ ਗੈਰ ਵੰਡੇ ਸਿਰਫ ਹੈ ਸੁੱਕਾ ਬੋ ਪੱਠਿਆ ਦੇ ਹਾਂਜੀ ਵੰਡਾ 64,000 ਕਿਤਨੇ ਦੀ 2,40,000 ਦੀ ਓ ਜੀ ਜ਼ਿੰਦਾਬਾਦ ਮਾਸ਼ਾਅੱਲਾ ਬਟਾ ਅੱਜ ਤੇ ਰੇਟ ਇਹੋ ਜਿਹੇ ਲੱਗੇ ਕੋਈ ਤੁਹਾਨੂੰ ਬਾਰਗੇਨਿੰਗ ਦੀ ਲੋੜ ਨਹੀਂ 2,40,000 ਜਿਹਨੂੰ ਪਸੰਦ ਆਇਆ ਜਲਦੀ ਰਾਬਤਾ ਕਰੋ ਸਕਰੀਨ ਉੱਤੇ ਨੰਬਰ ਹੈ ਰੋਜ਼ ਜੇ ਸਸਤੇ ਨਹੀਂ ਜੇ ਲੱਭਣੇ ਚਲਦੇ ਹਾਂ ਅੱਜ ਵੀਡੀਓ ਨੰਬਰ 3 ਜਨਵਰੀ ਤਰਫ ਜੀ ਦੋਸਤੋ ਵੀਡੀਓ ਦਾ ਨੰਬਰ ਆ ਗਿਆ ਜੀ 3 ਸਕਰੀਨ ਦੇ ਉੱਤੇ ਮਾਸ਼ਾਅੱਲਾ ਹੈਵੀ ਵੇਟ ਗਾਂਸ ਆ ਗਈ ਜਨਾਬ ਚੈੱਕ ਕਰ ਲਓ ਅਗਰ ਇਹ ਨਵਾਈ ਦਵਾਈ ਚਮਕਾਈ ਹੁੰਦੀ ਤੁਸੀਂ ਆਖਣਾ ਪੂਰੀ ਕਬੂਤਰੀ ਗਾਂ ਹੈ ਮਾਸ਼ਾਅੱਲਾ ਜਰਸੀ ਵਾਲਾ ਫੇਸ ਮੋਟੀ ਅੱਖ ਤੇ ਚੋਲਿਸਤਾਨੀ ਕਰਾਸ ਗਰਮੀ ਸ਼ਹਿਨ ਸ਼ਾਹ ਤੇ ਗਵਾਲ ਦੀ ਵੀ ਸ਼ਹਿਨ ਸ਼ਾਹ ਜਾਨਵਰ ਠੀਕ ਹੋ ਗਿਆ ਅੱਛਾ 3 ਮਹੀਨੇ ਡਾਕਟਰ ਦੀ ਪਾਸ 10 ਕਿਲੋ ਦੁੱਧ ਸੂਆ ਕਿਤਵਾ ਹੁਣ ਡਿਲੀਵਰ ਕਰਨਾ ਅੱਛਾ ਦੂਸਰਾ ਰੇਟ ਵੇਖ ਲਓ ਵੱਡੀਆਂ ਗਾਵਾਂ ਜਿਤਨੇ ਦੂਸਰਾ ਸੂਆ ਸੂਈਏ ਇਸ ਤੋਂ ਬਾਅਦ ਤੀਸਰਾ ਸੋਣਾ ਕਦ ਵੇਟ ਤੁਹਾਨੂੰ ਵਿਖਾਈਏ ਤੇ ਇਹ ਵੇਖ ਲਓ ਇੱਕ ਵਾਰੀ ਮਾਸ਼ਾਅੱਲਾ ਜਾਨ ਬਾਡੀ ਚੰਗੀ ਸਾਫ਼ ਸੁਥਰੀ ਹੈ ਤੇ ਬਾਕੀ ਹਟਾ ਕੇ ਲੈ ਵੰਜੋ ਹਟਾ ਕੇ ਥਾਣ ਗੁੱਲਾ ਸਾਫ਼ ਸੁਥਰੇ ਨੇ ਨਾ ਸਾਰੇ ਗਰੰਟੀ ਹੋ ਸੀ ਥਾਣ ਇਹ ਵੇਖ ਲੈਣੇ ਨੇ ਇਹਨਾਂ ਚੁਆ ਛੁਆ ਇਨਸ਼ਾਅੱਲਾ ਸੋਹਣਾ ਸੀ 10 ਲੀਟਰ ਪੱਕਾ ਦੁੱਧ ਹੈ ਬੱਚਾ ਨਾਲ ਕੋਈ ਨਹੀਂ ਬੱਚਾ ਕੋਈ ਨਹੀਂ ਸਿਰਫ ਅੱਜ ਰੇਟ ਨਹੀਂ ਲਾਉਣਾ ਅੱਛਾ ਲੇਕਿਨ ਫਿਰ ਵੀ ਜਿਹੜੇ ਬਾਈ ਦੋਸਤ ਨੂੰ ਪਸੰਦ ਆਏ ਉਹ ਜਲਦੀ ਰਾਬਤਾ ਕਰੋ ਜਾਂ ਪਹਿਲੀ ਕਾਲ ਕਰ ਲਈ ਉਸਦੇ ਮੌਕਾ ਫਿਰ ਹੈ ਉਸਦੇ ਮੁਕੱਦਰ ਹੋ ਪੈਣੇ ਨੇ ਵੇਖ ਰਹੇ ਅਗਰ ਪਹਿਲਾ ਬੰਦੀ ਕੋਈ ਵੀਡੀਓ ਵੇਖ ਰਿਹਾ ਤਿੰਨ ਸਾਲ ਉਹਨੂੰ ਪਸੰਦ ਆ ਪੈਣੇ ਆ ਸਿਰਫ 1,75,000 10 ਲੀਟਰ ਦੋ 3 ਮਹੀਨੇ ਡਾਕਟਰ ਪਾਸ ਚਲਦੇ ਹਾਂ ਜੀ ਵੀਡੀਓ ਦੇ ਨੈਕਸਟ ਜਨਵਰ ਦੀ ਤਰਫ ਉਹ ਜੀ ਦੋਸਤ ਵੀਡੀਓ ਦਾ ਨੰਬਰ ਆ ਗਿਆ 4 ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਚੈੱਕ ਕਰ ਲਓ ਹੀਫਰ ਆ ਗਈ ਜੀ ਬੜੀ ਸੋਹਣੀ ਮਾਸ਼ਾਅੱਲਾ ਟਾਪ ਕਲਾਸ ਤੇ ਕੁਆਲਿਟੀ ਦੀ ਹੀਫਰ ਤੇ ਬੜੀ ਨਸਲੀ ਮਾਸ਼ਾਅੱਲਾ ਅੱਛੀ ਚੀਜ਼ਾਂ ਮੰਗਦੇ ਨੇ ਜਿਹੜੇ ਆ ਦਿਨ ਤਿਆਰ ਕਰਨੀਆਂ ਨੇ ਅੱਛੀਆਂ ਸ਼ੈਵਾਂ ਹੋਣੇ ਨਾਲ ਅੱਛੀਆਂ ਲੱਭਸਨ ਤੇ ਤਾਂ ਹੀ ਅੱਛੀਆਂ ਤਿਆਰ ਹੋਸਨ ਮਾਸ਼ਾਅੱਲਾ ਤੁਹਾਡੇ ਸਾਹਮਣੇ ਬੜਾ ਸੋਹਣਾ ਪ੍ਰਿੰਟ ਹੈ ਕੰਨ ਚਾਹ ਕੇ ਬੱਚੀ ਖਲੋਂਦੀ ਪਤਾ ਲੱਗਦਾ ਬੱਚੀ ਕੋਲ ਨਸਲ ਦਾ ਇੱਕ ਵਾਰੀ ਚੈੱਕ ਕਰ ਲਓ ਜਾਨ ਬਾਡੀ ਚੰਗੀ ਹੈ ਤੁਹਾਡੇ ਸਾਹਮਣੇ ਮੂੰਹ ਚ ਖੀਰੀ ਅਜੇ ਖੀਰੀ ਹੋ ਸੀ ਕਿਤਨੇ ਹੀ ਉਮਰ ਉਮਰ ਤਕਰੀਬਨ 17-18 ਮਹੀਨੇ ਹੋ ਗਈ 17-18 ਮਹੀਨੇ ਤੇ ਇਹ ਹੁਣ ਸਿਮਨ ਦੇ ਤਕਰੀਬਨ ਕਰੀਬ ਹੀ ਹੈ ਦੋ ਚਾਰ ਮਹੀਨੇ ਬਾਅਦ ਉਹ ਸਾਹਮਣੇ ਪਾਉਣੀ ਲੇਕਿਨ ਜਿਹੜੇ ਨਹੀਂ ਅੱਜ ਤੁਹਾਨੂੰ ਇਹ ਰੇਟ ਚੰਗਾ ਸਸਤਾ ਲੈ ਕੇ ਦੇਣਾ ਲੇਕਿਨ ਵੱਛੀ ਜਿਹੜੇ ਨਹੀਂ ਅਗਰ ਇਹ ਹੁੰਦੀ ਕਿਦਾਂ ਹੀ ਹੋਰ ਫਾਰਮ ਤੇ ਉਹਨਾਂ ਗਲੇ ਚ ਲਾ ਕੇ ਰੱਸੀ ਖੁੱਲੀ ਛੱਡ ਕੇ ਤੇ ਬਣਾ ਦੇਣੀ ਆ 1.5 ਲੱਖ ਦੇ ਉਹਨਾਂ ਹਿਸਾਬ ਹੋਰ ਹੋਣਾ ਲੇਕਿਨ ਇੱਥੇ ਹੈ ਦੇਸੀ ਮਾਹੌਲ ਤਾਂ ਤੁਹਾਡੇ ਸਾਹਮਣੇ ਆ ਕਿਵੇਂ ਐਡਜਸਟ ਕਰ ਰਹੀ ਹੈ ਗਰਮੀ ਤੇ ਨਹੀਂ ਪਰਵਾਹ ਧੁੱਪ ਤੇ ਹੋਣੀ ਬੰਨੀ ਸੀ ਤੇ ਫਿਰ ਮਾਸ਼ਾਅੱਲਾ ਚੈੱਕ ਕਰ ਲਓ ਇੱਥੇ ਤੇ ਲੰਮੇ ਖਿਲਾਰੀ ਦੇ ਗੁੱਲੇ ਇੱਕ ਵਾਰ ਵਿਖਾ ਦਈਏ ਚੈੱਕ ਕਰਾ ਲਈਏ ਜੇ ਅਗਰ ਇਹ ਵਿਖਾਣ ਦਿੱਤੇ ਮਿਹਰਬਾਨੀ ਇਸ ਦੀ ਹੋਈ ਇਹ ਚੈੱਕ ਕਰ ਲਓ ਮਾਸ਼ਾਅੱਲਾ ਉਹਨੇ ਨਾਲ ਚੋਰ ਏਡੇ ਸੋਹਣੇ ਆ ਨਾ ਚੈੱਕ ਕਰੋ ਇਹ ਫੇਸ ਇੱਕ ਵਾਰੀ ਵੇਖਣਾ ਜ਼ਰਾ ਇਸ ਦਾ ਮਾਸ਼ਾਅੱਲਾ ਛੋਟੀ ਬੂਥੀ ਤੇ 17-18 ਮਹੀਨੇ ਉਮਰ ਮੂੰਹ ਚੋਂ ਕੱਚੀ ਖੀਰੀ ਕਿਤਨੇ ਦਾ ਪੈਕੇਜ ਹੈ ਗੱਲ ਮੱਕਣੀ ਪੈਕੇਜ ਤੇ ਮਾਸ਼ਾਅੱਲਾ ਇੱਕ ਲੱਖ ਵੀਹ ਦੀ ਮਾਸ਼ਾਅੱਲਾ ਜੀ ਸਿਰਫ 1,20,000 ਦੀ ਪਸੰਦ ਆਏ ਜਲਦੀ ਰਾਬਤਾ ਕਰੋ ਲੈ ਆਓ ਜੀ ਆ ਬੱਕਰੇ ਵੀ 1,20,000 ਹੈ ਜਿਹੜਾ ਬਾਈ ਦੋਸਤ ਪਿਆਰ ਮੁਹੱਬਤ ਨਾਲ ਰਾਬਤਾ ਕਰ ਸੀ ਉਹਦੇ ਵਾਸਤੇ ਪਿਆਰ ਮੁਹੱਬਤ ਰਾਬਤੇ ਤੇ ਮੌਜੂਦ ਹੁੰਦਾ ਹੈ ਜਲਦੀ ਰਾਬਤਾ ਕਰੋ ਪਿਆਰ ਮੁਹੱਬਤ ਕਰਨਾ ਭਰਾਵਾਂ ਨੇ ਅਗਰ ਕਿਸੇ ਕੀਤੀ ਨਾ 1,40,000 ਦੀ ਆ ਲੇਕਿਨ ਫਿਰ ਵੀ ਅੱਜ ਬਸ ਹਾਂਜੀ ਭਰਾਵਾਂ ਫਿਰ ਬੈਠਣਾ
ਇੱਕ ਤੇ ਲੇਟ ਆਏ ਹੋ ਨਾਲੇ ਰੇਟ ਬਾਲੇ ਇਸ ਵਾਸਤੇ ਸਿਰਫ ਸਸਤੇ ਸਸਤੇ ਰੇਟ ਮੁਕਤਸਰ ਜਾਨਵਰ 1,20,000 ਤੇ ਅੱਗੇ ਦੋ ਬੱਕਰੇ ਚੈੱਕ ਕਰਾਈਏ ਮਾਸ਼ਾਅੱਲਾ ਵੇਖ ਲਓ ਜੀ ਬੱਕਰੇ ਆਖਰੀ ਦੋ ਜਾਨਵਰ ਨੇ ਵੀਡੀਓ ਦੇ ਕੁਰਬਾਨੀ ਦੋਵੇਂ ਲੱਗਦੇ ਜੀ ਦੋਵੇਂ ਦੋਵੇਂ ਕੁਰਬਾਨੀ ਲੱਗਦੇ ਦੋਵੇਂ ਦੁੰਦੇ ਤੇ ਮਾਸ਼ਾਅੱਲਾ ਇਹਨੂੰ ਚੈੱਕ ਕਰ ਲੈਣਾ ਇਹ ਤਿੰਨ ਕੋਲ ਇਹ ਇੱਕ ਵਾਰ ਚਿੱਟਾ ਬੱਕਰਾ ਵੇਖਣਾ ਜ਼ਰਾ ਇੱਕ ਵਾਰੀ ਅੱਧੀ ਲੰਬਾਈ ਆ ਕੱਦ ਕੱਟ ਵੇਖੋ ਨਾ ਮਾਸ਼ਾਅੱਲਾ ਸੋਹਣਾ ਸਾਂਭੇ ਆ ਤੁਹਾਡੇ ਸਾਹਮਣੇ ਹੈ ਬੜਾ ਸੋਹਣਾ ਰੰਗ ਹੈ ਮਾਸ਼ਾਅੱਲਾ ਵੇਖ ਲਓ ਤੁਹਾਡੇ ਸਾਹਮਣੇ ਕਾਦਾਵਰ ਛੋਟੇ ਕਾਦਾਵਰ ਇਹ ਮਾਸ਼ਾਅੱਲਾ ਤੁਹਾਡੇ ਸਾਹਮਣੇ ਇਹ ਦਰਮਿਆਨੇ ਕਾਚੂ ਹੈ ਲੇਕਿਨ ਇਹ ਜਿਹੜੀ ਉਹੀ ਮੈਂ ਕਹਿ ਰਿਹਾ ਉਂਝ ਉਸਦੇ ਮੁਕਾਬਲੇ ਲੱਗਦਾ ਪਿਆ ਹੋਣਾ ਘੱਟ ਉਂਝ ਇਹ ਵੀ ਜਾਨ ਬਾਡੀ ਚੰਗੀ ਹੈ ਤੁਹਾਡੇ ਸਾਹਮਣੇ ਹੈ ਤੇ ਇਹ ਵੀ ਵੇਖ ਲੈਣਾ ਦੋਵੇਂ ਖੀਰੇ ਆਏ ਨੇ ਪਿਆਦਾ ਦੋਂਦੇ ਆਏ ਨੇ ਤੁਹਾਡੀ ਕੁਰਬਾਨੀ ਨਾ ਬਿਲਕੁਲ ਫ੍ਰੀ ਕਰਾ ਛੱਡਣੀ ਹੈ ਜਿਹੜੇ ਅੱਜ ਨਾ ਮੰਡੀਆਂ ਤੇਜ਼ ਹੋਈਆਂ ਚਲੋ ਲੱਖ ਲੱਖ ਰੁਪਏ ਦਾ ਬੱਕਰਾ ਵਿਕਦਾ ਪਿਆ ਬਿਲਕੁਲ ਜੀ ਇਤਨੀ ਤੇਜ਼ ਹੈ ਮਾਰਕੀਟ ਨਾ ਬਾਹਰ ਨਿਕਲੀ ਨਾ ਬੱਕਰਾ ਬਿਲਕੁਲ ਜੀ ਬਿਲਕੁਲ ਜੀ ਕੱਲਾ ਵਿਕਦਾ ਪਿਆ ਲੇਕਿਨ ਤੁਸੀਂ ਕੀ ਗੱਲ ਕੀਤੀ ਅੱਜ ਬਿਰਾਵਾਂ ਨੂੰ ਰੇਟ ਨਹੀਂ ਦੇਣੇ ਕਿਤਨੇ ਦੀ ਦੋਵੇਂ ਬੱਕਰੇ ਕਿਤਨੇ ਦੇ ਦੋਵੇਂ ਬੱਕਰੇ ਦਾ ਇਕੱਠੇ ਕੋਈ ਲਾਵਾ ਤਾਂ 70,000 ਦਾ ਬੱਕਰਾ ਉਹ ਅੱਛਾ ਤੇ 50 ਦਾ 50 ਦਾ 1,20,000 ਦੋਵੇਂ ਬੱਕਰੇ ਜੋੜੇ 1,10,000 ਜਿੰਦਾ ਬਾਜੀ ਦੋਸਤੋ ਸਿਰਫ 1,10,000 ਦੇ ਦੋਵੇਂ ਬੱਕਰੇ ਮਜ਼ੀਦ ਪਿਆਰ ਮੁਹੱਬਤ ਰਬਤੇ ਤੇ ਜ਼ਰੂਰ ਇਨਸ਼ਾਅੱਲਾ ਮੌਜੂਦ ਦੋਸਤੀ ਗਿਆ ਜਿਹੜੇ ਬਾਜੀ ਦੋਸਤ ਪਿਆਰ ਮੁਹੱਬਤ ਕਰਨਗੀ ਹਾਂਜੀ ਇਹ ਥੋੜੀ ਬਹੁਤ ਇਸ ਵਾਸਤੇ ਕਿਉਂਕਿ ਕੁਰਬਾਨੀ ਵੇਖੋ ਨਾ ਸਵਾਬ ਦਾ ਕੰਮ ਹੈ ਕਰਨ ਵਾਸਤੇ ਹਾਂਜੀ ਖੱਸੀ ਐ ਨੇ ਠੀਕ ਹੋ ਗਿਆ 1,10,000 ਇਹਨਾਂ ਜੋੜੇ ਦਾ ਅਲੱਗ ਅਲੱਗ ਲਵੋ ਤੇ 70 ਤੇ 50 ਉਮੀਦ ਹੈ ਪਸੰਦ ਆਈ ਉਹਨਾਂ ਜੀ ਜੀ 70 ਦਾ ਬਾਕੀ ਜਿਹੜਾ ਵੱਖਰਾ ਵੀ ਲੈਣਾ ਹੋਵੇ ਤੇ ਆ 70 ਦਾ ਤੇ 50 ਦਾ ਇਕੱਠਾ ਇੱਕ ਸਸਤੇ ਹੋਣ ਤੇ ਮੈਂ ਕੋਈ ਹੋਣ ਤੇ ਨਾ ਲਓ ਸਸਤੇ ਹੋਣ ਤੇ ਕੁਰਬਾਨੀ ਕਰੋ ਲੈ ਕੇ ਤੇ ਅਸੀਂ ਵੀਡੀਓ ਦੇ ਆਖਰੀ ਜਾਨਵਰ ਵੀਡੀਓ ਕਿਵੇਂ ਲੱਗੀ ਕਮੈਂਟਸ ਬਾਕਸ ਚ ਕਮੈਂਟ ਕਰਨਾ ਮਿਲਾਂਗੇ ਪਾਕਿਸਤਾਨ।